ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਨੈਸਲੇ ਦੇ ਬਹੁਤ ਸਾਰੇ ਕਲੈਕਸ਼ਨ ਸੈਂਟਰ ਬੰਦ ਕਿਉਂ ਚੱਲ ਰਹੇ ਨੇ, ਨੈਸਲੇ ਦੁੱਧ ਕਿਉਂ ਨਹੀਂ ਲੈ ਰਹੀ, ਇਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਕੀ ਹੈ, ਅੱਜ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ। ਜੇ ਤੁਸੀਂ ਨਵੇਂ ਨੈਸਲੇ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ, ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਬੜੇ ਸਾਰੇ ਨਵੇਂ ਫਾਰਮਰਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਅਤੇ ਉਹ ਨੈਸਲੇ ਦੇ ਨਾਲ ਜੁੜਨਾ ਚਾਹੁੰਦੇ ਨੇ, ਨੈਸਲੇ ਨੂੰ ਦੁੱਧ ਸੇਲ ਕਰਨਾ ਚਾਹੁੰਦੇ ਨੇ, ਪਰ ਨੈਸਲੇ ਦੇ ਨਾਲ ਜੁੜ ਕੇ ਤੁਹਾਡੇ ਵਾਸਤੇ ਕੀ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਦੁੱਧ ਬੰਦ ਨਾ ਹੋਵੇ, ਉਹਦੇ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ, ਚੈਨਲ 'ਤੇ ਨਵੀਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਡੇਅਰੀ ਫਾਰਮਿੰਗ ਦੇ ਰਿਲੇਟਿਡ ਅਸੀਂ ਹਰ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ। ਗੁਰਦਾਸਪੁਰ ਏਰੀਏ 'ਚ ਵੀ ਬਹੁਤ ਸਾਰੇ, ਮੈਕਸੀਮਮ ਆਪਾਂ ਕਰ ਲਈਏ ਕਿ ਜ਼ਿਆਦਾ ਤੋਂ ਜ਼ਿਆਦਾ 85% ਕਲੈਕਸ਼ਨ ਸੈਂਟਰ ਇਸ ਟਾਈਮ ਬੰਦ ਚੱਲ ਰਹੇ ਨੇ। ਭਾਵੇਂ ਨੈਸਲੇ ਕੋਲ ਦੁੱਧ ਘੱਟ ਹੈ, ਪਰ ਉਹ ਦੁੱਧ ਨਹੀਂ ਲੈ ਰਹੀ। ਸਭ ਤੋਂ ਵੱਡੀ ਗੱਲ ਹੈ ਕੁਆਲਿਟੀ। ਨੈਸਲੇ ਇੱਕ ਇੰਟਰਨੈਸ਼ਨਲ ਕੰਪਨੀ ਹੈ, ਇਹ ਬੇਬੀ ਫੂਡ ਬਣਾਉਂਦੀ ਹੈ, ਜਿਵੇਂ ਸੁੱਕਾ ਦੁੱਧ ਹੁੰਦਾ ਬੱਚਿਆਂ ਦਾ ਦੁੱਧ ਜਾਂ ਸੈਰਲੈਕ ਵਗੈਰਾ ਬਣਾਉਂਦੀ ਹੈ, ਜਿਹੜੇ ਦੁੱਧ ਦੇ ਵਿੱਚ ਐਂਟੀਬਾਇਓਟਿਕਸ ਦਾ ਅਤੇ ਅਫਲਾਟੋਕਸਿਨ ਦਾ ਇਸਤੇਮਾਲ ਨਹੀਂ ਹੋ ਸਕਦਾ, ਕਿਉਂਕਿ ਬੱਚਿਆਂ ਦਾ ਫੂਡ ਹੈ, ਇਹੋ ਜਿਹੀਆਂ ਚੀਜ਼ਾਂ ਉਸ ਦੁੱਧ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਸਪੈਸ਼ਲ ਗੱਲ ਇਹ ਹੈ, ਹੁਣ ਅਸੀਂ ਜਾਂ ਕੋਈ ਵੀ ਜਿਹੜਾ ਫਾਰਮਰ ਹੈਗਾ, ਜੇ ਉਹਦੇ ਦੁੱਧ ਦੇ ਵਿੱਚ ਐਂਟੀਬਾਇਓਟਿਕ ਨੈਸਲੇ ਡਿਟੈਕਟ ਕਰਦੀ ਹੈ, ਤਾਂ ਉਸ ਫਾਰਮਰ ਦਾ ਦੁੱਧ ਜਿਹੜਾ ਹੁੰਦਾ ਉਹ ਬੰਦ ਕਰ ਦਿੱਤਾ ਜਾਂਦਾ। ਤੁਹਾਨੂੰ ਜਸਟ ਇੱਕ ਫੋਨ ਆਉਂਦਾ ਕਿ ਤੁਹਾਡੇ ਦੁੱਧ ਦੇ ਵਿੱਚ ਐਂਟੀਬਾਇਓਟਿਕ ਆ ਗਿਆ ਹੈ, ਅਤੇ ਨੈਸਲੇ ਤੁਹਾਡਾ ਦੁੱਧ ਨਹੀਂ ਲਏਗੀ। ਫਿਰ ਇਹ ਨਾ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਹੈ, ਜਿਹਦੇ ਕੋਲ ਚਲੋ ਥੋੜ੍ਹਾ ਦੁੱਧ ਹੈ ਉਹ ਤਾਂ ਇਹਨੂੰ ਮੈਨੇਜ ਕਰ ਲਏਗਾ, ਪਰ ਜਿਹਦੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਦੁੱਧ ਹੈਗਾ, ਉਹ ਇਹ ਦੁੱਧ ਕਿੱਥੇ ਸੇਲ ਕਰੇਗਾ। ਸਪੈਸ਼ਲੀ ਇਹ ਘੱਟ ਰੇਟਾਂ ਦੇ ਉੱਤੇ ਦੁੱਧ ਸੇਲ ਹੁੰਦਾ, ਕਿਉਂਕਿ ਜਦੋਂ ਇਹ ਦੁੱਧ ਪ੍ਰਾਈਵੇਟ ਸੇਲ ਕੀਤਾ ਜਾਂਦਾ ਨਾ, ਉਦੋਂ ਇਹ ਬਹੁਤ ਘਾਟੇ ਦੇ ਵਿੱਚ ਜਾਂਦਾ। ਕਲੈਕਸ਼ਨ ਸੈਂਟਰਾਂ ਦੇ ਵਿੱਚ ਵੀ ਜਦੋਂ ਸੈਂਪਲ ਟੈਸਟ ਹੋਏ ਸੀ, ਉਹ ਸੈਂਪਲ ਪੋਜ਼ਿਟਿਵ ਆ ਰਹੇ ਨੇ ਅਫਲਾਟੋਕਸਿਨ। ਅਫਲਾਟੋਕਸਿਨ ਹੁੰਦਾ ਉੱਲੀ ਜ਼ਹਿਰ ਅਤੇ ਐਂਟੀਬਾਇਓਟਿਕ, ਅਤੇ ਇਸੇ ਕਰਕੇ ਕਲੈਕਸ਼ਨ ਸੈਂਟਰਾਂ ਦੇ ਦੁੱਧ ਬੰਦ ਹੈ। ਜਿਹੜੇ ਡੇਅਰੀ ਫਾਰਮਰਸ, ਜਿਵੇਂ ਸਾਡਾ ਗੁਰਦਾਸਪੁਰ 'ਚ ਦੁੱਧ ਚੱਲਦਾ ਪਿਆ, ਜਿਹੜੇ ਡੇਅਰੀ ਫਾਰਮਰਸ ਇਸ ਕੁਆਲਿਟੀ ਟੈਸਟ ਨੂੰ ਪਾਸ ਕਰਦੇ ਨੇ, ਜਿਨ੍ਹਾਂ ਦਾ ਉੱਲੀ ਜ਼ਹਿਰ ਬਹੁਤ ਘੱਟ ਆਉਂਦਾ, ਜਿਨ੍ਹਾਂ ਦੇ ਦੁੱਧ 'ਚ ਅਫਲਾਟੋਕਸਿਨਸ ਨਹੀਂ ਆਉਂਦੇ, ਜਿਨ੍ਹਾਂ ਦੇ ਦੁੱਧ 'ਚ ਐਂਟੀਬਾਇਓਟਿਕ ਨਹੀਂ ਆਉਂਦਾ, ਉਹਨਾਂ ਦਾ ਦੁੱਧ ਲੈਣ 'ਚ ਨੈਸਲੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹਨਾਂ ਦਾ ਦੁੱਧ ਨੈਸਲੇ ਸਦਾ ਲੈਂਦੀ ਰਹਿੰਦੀ ਹੈ। ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਨੈਸਲੇ ਦੇ ਨਾਲ। ਪਰੇਸ਼ਾਨੀ ਵਾਲੀ ਗੱਲ ਹੈ ਕਿ ਤੁਹਾਨੂੰ ਆਪਣੇ ਉੱਤੇ ਕੰਟਰੋਲ ਬੜਾ ਰੱਖਣਾ ਪੈਂਦਾ, ਮਤਲਬ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਐਂਟੀਬਾਇਓਟਿਕ ਨਹੀਂ ਲਾ ਸਕਦੇ ਆਪਣੇ ਜਾਨਵਰ ਨੂੰ, ਅਤੇ ਜੇ ਤੁਸੀਂ ਐਂਟੀਬਾਇਓਟਿਕ ਦਾ ਇਸਤੇਮਾਲ ਕਰਨਾ ਹੈ, ਤਾਂ ਉਹ ਦੁੱਧ ਤੁਸੀਂ ਨੈਸਲੇ ਨੂੰ ਸੇਲ ਨਹੀਂ ਕਰ ਸਕਦੇ। ਅਫਲਾਟੋਕਸਿਨ ਖਰਾਬ ਫੀਡ ਤੋਂ ਆਉਂਦੀ ਹੈ, ਖਰਾਬ ਤੁਹਾਡੇ ਸਾਇਲਸ ਤੋਂ ਆਉਂਦੀ ਹੈ, ਖਰਾਬ ਪੱਠਾ ਤੁਹਾਡਾ ਜਾਨਵਰ ਖਾਊਗਾ, ਅਤੇ ਫਿਰ ਉਹਦੇ ਬੋਡੀ ਦੇ ਅੰਦਰ ਟੋਕਸਿਟੀ ਪੈਦਾ ਹੁੰਦੀ ਹੈ ਉੱਲੀ ਦੇ ਕਰਕੇ। ਜਿਹੜੀ ਫੀਡ ਹੁੰਦੀ ਹੈ, ਮੰਨ ਲਓ ਤੁਸੀਂ ਮੱਕੀ ਪਾਈ ਆਪਣੇ ਜਾਨਵਰ ਨੂੰ ਗ੍ਰਾਇੰਡ ਕਰਾ ਕੇ, ਜੇ ਮੱਕੀ ਦੇ ਵਿੱਚ ਉੱਲੀ ਹੈ, ਅਤੇ ਉਹ ਜਾਨਵਰ ਦੇ ਅੰਦਰ ਜਾ ਕੇ ਅਫਲਾਟੋਕਸਿਨਸ ਪੈਦਾ ਕਰਦੀ ਹੈ, ਜਿਹਦੇ ਕਰਕੇ ਜਾਨਵਰ ਦੇ ਦੁੱਧ ਦੇ ਵਿੱਚ ਉੱਲੀ ਜ਼ਹਿਰ ਆਉਂਦਾ, ਅਤੇ ਉਹ ਨੈਸਲੇ ਦੀ ਮਸ਼ੀਨ ਡਿਟੈਕਟ ਕਰਦੀ ਹੈ। ਇਸੇ ਕਰਕੇ ਜ਼ਿਆਦਾਤਰ ਕਲੈਕਸ਼ਨ ਸੈਂਟਰ ਬੰਦ ਨੇ,
ਅਤੇ ਜ਼ਿਆਦਾਤਰ ਜਿਨ੍ਹਾਂ ਦਾ ਦੁੱਧ ਵੀ ਇਸ ਟਾਈਮ ਨੈਸਲੇ ਨਹੀਂ ਲੈ ਰਹੀ ਉਹਦੇ ਪਿੱਛੇ ਦਾ ਇਹੀ ਕਾਰਨ ਹੈ। ਜਿਹੜੇ ਵੀ ਜੇ ਤੁਸੀਂ ਵੀ ਨੈਸਲੇ ਦੇ ਨਾਲ ਨਵੇਂ ਜੁੜਨਾ ਚਾਹੁੰਦੇ ਹੋ ਅਤੇ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਚੱਲਣਾ ਚਾਹੁੰਦੇ ਹੋ ਤਾਂ ਫਿਰ ਹੀ ਤੁਸੀਂ ਕੰਸਲਟ ਕਰਿਓ, ਕਿਉਂਕਿ ਬਾਅਦ ਦੇ ਵਿੱਚ ਜੇ ਇੱਕਦਮ ਤੁਹਾਡਾ ਦੁੱਧ ਲੈਣਾ ਉਹਨਾਂ ਬੰਦ ਕਰ ਦਿੱਤਾ ਤਾਂ ਤੁਹਾਡੇ ਕੋਈ ਨਾ ਕੋਈ ਅਲਟਰਨੇਟ ਪੱਕਾ ਹੋਣਾ ਚਾਹੀਦਾ ਕਿ ਜੇ ਮੇਰੇ ਕੋਲ ਮੰਨ ਲਓ ਮੇਰੀ ਇੱਕ ਗਾਂ ਨੂੰ ਮੈਂ ਐਂਟੀਬਾਇਓਟਿਕ ਲਾਇਆ, ਉਹ ਗਾਂ ਮੇਰੀ ਹਾਈ ਈਲਡਰ ਹੈਗੀ ਹੈ, ਮੰਨ ਲਓ 35 ਤੋਂ 40 ਲੀਟਰ ਦੁੱਧ ਦਿੰਦੀ ਹੈ, ਉਹਦਾ ਦੁੱਧ ਤੁਸੀਂ ਰੈਸਲੇ ਨੂੰ ਨਹੀਂ ਪਾ ਸਕਦੇ ਤਾਂ ਫਿਰ ਉਹ 35-40 ਲੀਟਰ ਦੁੱਧ ਦਾ ਤੁਸੀਂ ਕਰੋਗੇ ਕੀ? ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਬਾਕੀ ਪੇਮੈਂਟਸ ਵਗੈਰਾ ਕੋਈ ਇਸ਼ੂ ਨਹੀਂ ਹੈਗਾ, ਫੈਟ ਗ੍ਰੈਵਿਟੀ ਦਾ ਕੋਈ ਇਸ਼ੂ ਨਹੀਂ ਹੈਗਾ, ਓਵਰਆਲ ਠੀਕ ਹੈ। ਬਸ ਉਹ ਕੁਆਲਿਟੀ ਮੰਗਦੀ ਹੈ, ਕੁਆਲਿਟੀ ਦੇ ਇਨਸੈਂਟਿਵ ਵੀ ਤੁਹਾਨੂੰ ਬਕਾਇਦਾ ਦਿੱਤੇ ਜਾਂਦੇ। ਜੇ ਤੁਹਾਡੀ ਕੁਆਲਿਟੀ ਦੁੱਧ ਦੀ ਬਹੁਤ ਜ਼ਿਆਦਾ ਵਧੀਆ ਨਾ, ਤਾਂ ਫਿਰ ਉਹ ਨੈਸਲੇ ਤੁਹਾਨੂੰ ਕੁਆਲਿਟੀ ਬੋਨਸ ਦਿੰਦੀ ਹੈ ਕਿ ਤੁਹਾਡੇ ਦੁੱਧ ਦੇ ਵਿੱਚ ਉੱਲੀ ਜ਼ਹਿਰ ਨਹੀਂ ਆਇਆ, ਤੁਹਾਡੇ ਦੁੱਧ ਦੇ ਵਿੱਚ ਐਂਟੀਬਾਇਓਟਿਕ ਨਹੀਂ ਆਇਆ, ਉਹ ਤੁਹਾਨੂੰ ਪੈਸੇ ਐਕਸਟਰਾ ਦਿੱਤੇ ਜਾਂਦੇ ਨੇ। ਉਹਦਾ ਕੋਈ ਇਸ਼ੂ ਨਹੀਂ ਹੈਗਾ ਜੇ ਤੁਸੀਂ ਕੁਆਲਿਟੀ ਮੇਨਟੇਨ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਉਹਦੇ ਪੈਸੇ ਦਿੱਤੇ ਜਾਂਦੇ ਨੇ। ਬਸ ਤੁਹਾਡਾ ਕੰਮ ਇੰਨਾ ਕਿ ਤੁਸੀਂ ਕੁਆਲਿਟੀ ਮੇਨਟੇਨ ਕਰਕੇ ਰੱਖਣੀ ਆ। ਇਹੀ ਕਾਰਨ ਸੀ ਕਿ ਨੈਸਲੇ ਦੇ ਨਾਲ ਬਹੁਤੇ ਫਾਰਮਰਸ ਜੁੜਨਾ ਨਹੀਂ ਚਾਹੁੰਦੇ ਜੇ, ਕਿਉਂਕਿ ਇਹ ਚੀਜ਼ਾਂ ਬਾਅਦ ਦੇ ਵਿੱਚ ਹੈਂਡਲ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ, ਤੁਹਾਨੂੰ ਇਹ ਪਤਾ ਲੱਗ ਗਿਆ ਹੋਏਗਾ ਕਿ ਤੁਸੀਂ ਕਿਸ ਪਾਸੇ ਜਾਣਾ ਚਾਹੁੰਦੇ ਹੋ ਅਤੇ ਤੁਸੀਂ ਨੈਸਲੇ ਦੇ ਨਾਲ ਜੁੜ ਕੇ ਫਿਰ ਫਾਇਦੇ ਲੈਣਾ ਚਾਹੁੰਦੇ ਹੋ ਕਿ ਨਹੀਂ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ, ਕਿਉਂਕਿ ਬੜਿਆਂ ਸਾਰਿਆਂ ਨੂੰ ਭੁਲੇਖਾ ਹੈ ਕਿ ਕਿਉਂ ਬੰਦ ਕੀਤੀ ਗਈ ਸੀ ਅਤੇ ਪਿੱਛੇ ਦਾ ਰੀਜ਼ਨ ਕੀ ਹੈ। ਆਪਾਂ ਮਿਲਾਂਗੇ ਕੱਲ੍ਹ ਨੂੰ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਤੁਸੀਂ ਚੈਨਲ ਨੂੰ ਸ਼ੇਅਰ ਅਤੇ ਸਪੋਰਟ ਜ਼ਰੂਰ ਕਰੋ। ਬਾਏ ਬਾਏ।